ਨਾਸਤਿਕ ਬਿਰਤੀ ਅਕਸਰ ਕਰਾਮਾਤਾਂ, ਚਮਤਕਾਰਾਂ ਅਤੇ ਕੁਦਰਤੀ ਵਰਤਾਰਿਆਂ ਨੂੰ ਟਿੱਚ ਸਮਝਦੀ ਹੈ, ਪਰੰਤੂ ਜਦ ਕਲਾ ਖੁਦ ਪ੍ਰਤੱਖ ਹੋ ਕੇ ਵਾਪਰ ਜਾਂਦੀ ਹੈ ਤਾਂ ਸੱਚ ਪ੍ਰਤੱਖ ਹੋ ਜਾਂਦਾ ਹੈ। ਨਾਸਤਿਕਾਂ 'ਤੇ ਛੋੜ ਕੱਟੇ ਜਾਂਦੇ ਹਨ, ਪਹਿਲੀਆਂ ਬਣੀਆਂ ਮਨੋਤਾਂ ਸਭ ਟੁੱਟ ਜਾਂਦੀਆਂ ਨੇ, ਭਰਮ ਦਾ ਜਾਲਾ ਥੱਲੇ ਬੈਠ ਜਾਂਦਾ ਹੈ, ਨਿਰਮਲ ਗਿਆਨ ਨਿੱਤਰ ਜਾਂਦਾ ਹੈ। ਗੱਲ 1830 ਦੀ ਹੈ, 1830 ਦੇ ਆਸ ਪਾਸ ਦੀ ਹੈ, ਅੰਗਰੇਜ਼ਾਂ ਦੀ ਆਮਦ ਪੰਜਾਬ ਵਿੱਚ ਹੋਈ ਹੀ ਸੀ। ਇੱਕ ਗੋਰਾ ਅਫਸਰ ਪੈਰਾਂ ਵਿੱਚ ਬੂਟ ਪਾਏ ਆਪਣੇ ਕੁਝ ਟਹਿਲੂਆਂ ਨਾਲ ਦਰਬਾਰ ਸਾਹਿਬ ਵੱਲ ਜਾ ਰਿਹਾ ਸੀ। ਦਰਬਾਰ ਸਾਹਿਬ ਵਿੱਚ ਪ੍ਰਕਰਮਾ ਕਰਦੇ ਇੱਕ ਨਿਹੰਗ ਸਿੰਘ ਨੇ, ਮਹਾਂਕਾਲ ਜਿਸਦਾ ਨਾਮ ਭਾਈ ਲਹਿਰਾ ਸੀ, ਬੈਠੇ ਸਨ, ਗੋਰੇ ਨੂੰ ਦਰਬਾਰ ਵੱਲ ਬੂਟਾਂ ਸਣੇ ਜਾਂਦੇ ਦੇਖਿਆ ਤਾਂ ਉਹਨਾਂ ਨੇ ਕਿਹਾ, ਭਾਈ ਉਹ ਬਿੱਲਿਆ ਤੈਨੂੰ ਦਿਖਦਾ ਨਹੀਂ, ਬੂਟ ਇੱਥੇ ਲਾ ਦੇ। ਗੋਰੇ ਅਫਸਰ ਨੇ ਜਿਹੜਾ ਸੀ ਕੋਈ ਧਿਆਨ ਨਹੀਂ ਦਿੱਤਾ, ਗੱਲ ਅਣਸੁਣੀ ਕਰਕੇ ਅੱਗੇ ਵੱਧ ਗਿਆ। ਨਿਹੰਗ ਨੇ ਫਿਰ ਆਵਾਜ਼ ਲਗਾਈ, ਓਏ ਅੰਨਿਆ ਤੈਨੂੰ ਦਿਖਦਾ ਨਹੀਂ, ਗੁਰੂ ਰਾਮ ਸਾਹਿਬ ਦੇ, ਗੁਰੂ ਰਾਮਦਾਸ ਦੇ ਦਰਬਾਰ ਅੰਦਰ ਬੂਟ ਲੈ ਕੇ ਜਾ ਰਿਹਾ ਹੈ। ਗੋਰੇ ਅਫਸਰ ਨੇ ਆਪਣੇ ਦੁਭਾਸ਼ੀਏ ਨੂੰ ਪੁੱਛਿਆ, ਇਹ ਬੁੱਢਾ ਕੀ ਕਹਿੰਦਾ ਹੈ? ਤਾਂ ਉਸ ਨੇ ਅਨੁਵਾਦ ਕਰਕੇ ਦੱਸਿਆ, ਇਹ ਤੁਹਾਨੂੰ ਕਹਿੰਦਾ ਹੈ, ਓਏ ਅੰਨਿਆ ਤੈਨੂੰ ਦਿਖਦਾ ਨਹੀਂ, ਬੂਟ ਅੰਦਰ ਪਾ ਕੇ ਜਾ ਰਿਹਾ ਹੈ, ਬੂਟ ਬਾਹਰ ਲਾ ਦੇ। ਇਹ ਸੁਣ ਕੇ ਗੋਰੇ ਅਫਸਰ ਨੇ ਰਤਾ ਪਰਵਾਹ ਨਹੀਂ ਕੀਤੀ, ਬੂਟਾ ਸਮੇਤ ਹੀ ਅੱਗੇ ਤੁਰ ਪਿਆ। ਜਦ ਗੋਰਾ ਅਫਸਰ ਆਪਣੇ ਕਨਿੰਦਿਆਂ ਸਮੇਤ ਦਰਸ਼ਨੀ ਡਿਊਟੀ ਦੇ ਅੰਦਰ ਪ੍ਰਵੇਸ਼ ਕਰਨ ਲੱਗਿਆ ਤਾਂ ਗਿਰੀ ਬਸੁਰਾ ਜਲ ਪਾਵਨ ਜਾਇਓ, ਇੱਕ ਸਾਧ ਬਚਨ ਅਟੱਲਾ ਵਾਲਾ ਵਰਤਾਰਾ ਸੀ ਜਿਹੜਾ ਉਹਦੇ ਨਾਲ ਵਾਪਰ ਗਿਆ। ਇੱਕਦਮ ਗੋਰੇ ਦੀਆਂ ਜੋ ਅੱਖਾਂ ਸੀ ਉਹਨੂੰ ਦਿਸਣੋਂ ਹਟ ਗਿਆ, ਜੋਤ ਚਲੀ ਗਈ, ਜਾਂਦੀ ਵੀ ਕਿਉਂ ਨਾ, ਇੱਕ ਸਾਧੂ ਦੇ ਬਚਨ ਨਹੀਂ ਮੰਨੇ। ਦੂਜਾ ਸਵਾ ਸਹਿਜ ਸੁਭਾਅ ਨਿਹੰਗ ਸਿੰਘ ਦੇ ਮੂੰਹੋਂ ਨਿਕਲੇ ਸ਼ਬਦ ਕੀ, ਓਏ ਅੰਨਿਆ ਤੈਨੂੰ ਦਿਖਦਾ ਨਹੀਂ, ਪੂਰੇ ਹੋ ਗਏ, ਦਿਸਣਾ ਬੰਦ ਹੋ ਗਿਆ, ਅੱਖਾਂ ਚੁੰਦਿਆਂ ਗਈਆਂ, ਝੱਟ ਹਫੜਾ ਦਫੜੀ ਮੱਚ ਗਈ ਅਤੇ ਗੋਰਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਮੈਨੂੰ ਦਿਸ ਨਹੀਂ ਰਿਹਾ। ਸਭ ਆਪੋ ਆਪੇ ਵੈਦਾਂ ਡਾਕਟਰਾਂ ਪਾਸ ਦੀਆਂ ਸਲਾਹਾਂ ਦੇਣ ਲੱਗੇ ਤਾਂ ਗੋਰੇ ਅਫਸਰ ਨੂੰ ਨਿਹੰਗ ਸਿੰਘ ਦੀ ਕਹੀ ਗੱਲ ਯਾਦ ਆ ਗਈ। ਉਸਨੇ ਸਭ ਨੂੰ ਰੋਕ ਕੇ ਕਿਹਾ, ਮੈਨੂੰ ਉਹ ਬਾਬੇ ਕੋਲ ਲੈ ਕੇ ਚੱਲੋ, ਮੈਨੂੰ ਇੱਕ ਵਾਰ ਉਹ ਬਾਬੇ ਕੋਲ ਲੈ ਕੇ ਚੱਲੋ। ਇਹੀ ਹੰਕਾਰੀ ਬਿਰਤੀ ਦਾ ਹਾਲ ਹੁੰਦਾ ਹੈ, ਜਦ ਹੰਕਾਰੀਆ ਸੀ ਤਾਂ ਬੁੱਢਾ ਦੱਸਦਾ ਸੀ, ਜਦ ਹੰਕਾਰ ਚੱਕਣਾ ਚੂਰ ਹੋ ਗਿਆ ਤਾਂ ਬੁੱਢੇ ਤੋਂ ਸਿੱਧਾ ਬਾਬੇ 'ਤੇ ਆਉਣ 'ਤੇ ਦੇਰ ਨਹੀਂ ਲੱਗੀ। ਕਰਿੰਦਿਆਂ ਵੱਲੋਂ ਗੋਰੇ ਅਫਸਰ ਨੂੰ ਬਾਬੇ ਕੋਲ ਲਿਜਾਇਆ ਗਿਆ ਅਤੇ ਗੋਰੇ ਨੇ ਬਾਬੇ ਦੇ ਪੈਰੀਂ ਡਿੱਗ ਕੇ ਮਾਫ਼ੀ ਮੰਗ ਲਈ। ਬਾਬੇ ਨੇ ਕਿਹਾ, ਮੇਰੇ ਕੋਲੋਂ ਮਾਫ਼ੀ ਨਾ ਮੰਗ, ਜਿਸ ਦੇ ਦਰ 'ਤੇ ਬੇਅਦਬੀ ਕਰਨ ਲੱਗਿਆ ਸੀ ਉਸ ਤੋਂ ਮਾਫ਼ੀ ਮੰਗ, ਜੋੜੇ ਉਤਾਰ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਕਰ, ਅਜਿਹੀ ਗਲਤੀ ਅੱਗੇ ਤੋਂ ਨਹੀਂ ਕਰਦਾ। ਗੋਰੇ ਨੇ ਬਾਬੇ ਦੀ ਗੱਲ ਮੰਨ ਲਈ, ਇਉਂ ਕੀਤਾ ਤਾਂ ਝੱਟਪੱਟ ਅੱਖਾਂ ਦੀ ਜੋਤ ਸੀ ਜਿਹੜੀ ਵਾਪਸ ਆ ਗਈ, ਜਿਸ ਤੋਂ ਬਾਅਦ ਗੋਰੇ ਅਫਸਰ ਵੱਲੋਂ ਦਰਬਾਰ ਸਾਹਿਬ ਨੂੰ ਲੱਗਦੀਆਂ 12 ਗਲੀਆਂ ਦੇ ਮੋੜ ਆਪਣੇ ਵੱਲੋਂ ਖਰਚਾ ਕਰਵਾ ਕੇ ਬੋਰਡ ਲਾਏ ਗਏ ਕਿ ਇਸ ਤੋਂ ਅੱਗੇ ਜੋੜੇ ਲੈ ਕੇ ਨਾ ਜਾਓ। ਸੋ ਸਾਧ ਸੰਗਤ ਜੀ, ਇਹ ਹੈ ਗੁਰੂ ਰਾਮਦਾਸ ਦੇ ਦਰਬਾਰ ਦੀ ਕਰਾਮਾਤ। ਕੋਈ ਵੀ ਜਦੋਂ ਉੱਥੇ ਅਣਹੋਣੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਨੂੰ ਆਪਣੇ ਆਪ ਹੀ ਕੁਦਰਤ ਵੱਲੋਂ ਹੀ, ਗੁਰੂ ਰਾਮਦਾਸ ਆਪ ਹੀ ਸਜ਼ਾ ਦੇ ਦਿੰਦੇ ਹਨ। ਇਸ ਕਰਕੇ ਸਾਨੂੰ ਕਿਤੇ ਵੀ ਨਾਸਤਿਕ ਨਹੀਂ ਹੋਣਾ ਚਾਹੀਦਾ, ਇੰਨੇ ਵੀ ਨਾਸਤਿਕ ਨਹੀਂ ਹੋਣਾ ਚਾਹੀਦਾ ਕਿ ਅਸੀਂ ਬੇਅਦਬੀਆਂ ਕਰਦੇ ਫਿਰੀਏ। ਇਸ ਕਰਕੇ ਗੁਰੂ ਸਾਹਿਬ ਦੀ ਰਜ਼ਾ ਦੇ ਵਿੱਚ ਰਹਿ ਕੇ ਭਾਣਾ ਮੰਨ ਕੇ ਸਾਨੂੰ ਚੱਲਣਾ ਚਾਹੀਦਾ ਹੈ ਤਾਂ ਜੋ ਅਸੀਂ ਗੋਰੇ ਵਾਂਗੂ ਅੱਖਾਂ ਦੀ ਜੋਤ ਜਾਂ ਮਨ ਦੀ ਜੋਤ ਨਾ ਗਵਾ ਲਈਏ। ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਧੰਨਵਾਦ।